दिलीप सिंह जी कदों होया सी तुहाडा मिनी गैस्ट्रिक बाईपास ऑपरेशन? मैडम जी मेरा होया सी यही दसंबर च होया सीगा जी 2012। 2012 च, मतलब 1.5 साल तो बड़ा ज़्यादा ही हो गया ना। हाँ जी। तो कितना वेट सीगा तुहाडा ऑपरेशन तो पहले? मेरा ऑपरेशन तो पहला सीगा जी 2 क्वांटल नेड़े पहुंचे होया सीगा जी। अच्छा जी, तो हुण किन्ना है? हुण मेरा 33 रह गया जी। कि ऑलमोस्ट 70 किलो तुहाडा भार घट गया ना। हाँ जी। तो हुण घट रहा है या हुण रुकिया होया? घट रहा जी, हले भी घट रहा है। ओके, कोई वीकनेस तो नहीं फील हो रही है ना वेट रिड्यूस होने तो बाद? नहीं कोई नहीं है। ਤੇ ਆਪਰੇਸ਼ਨ ਤੋਂ ਪਹਿਲਾਂ ਕੀ ਕੀ ਪ੍ਰੋਬਲਮ ਆ ਰਹੀ ਸੀ ਤੁਹਾਨੂੰ? ਮੈਡਮ ਪ੍ਰਿੰਸੀਪਲ ਨੂੰ ਸਾਹ ਚੜਦਾ ਸੀ ਜਿਆਦਾ। ਅੱਛਾ ਜੀ। ਕੋਈ ਕੰਮ ਨਹੀਂ ਕਰ ਪਾਉਂਦਾ ਸੀਗਾ ਜੀ, ਬੈਠ ਨਹੀਂ ਹੁੰਦਾ ਸੀਗਾ ਜੀ। ਹਾਂਜੀ। ਪੈਂਦਾ ਤਾਂ ਘਰਾਲੇ ਬਹੁਤ ਆਉਂਦੇ ਸੀਗੇ ਜੀ। ਅੱਛਾ ਜੀ, ਬੈਠੇ ਬੈਠੇ ਵੀ ਨੀਂਦ ਆ ਜਾਂਦੀ ਸੀ? ਹਾਂਜੀ। ਓਕੇ, ਤੇ ਆਪਰੇਸ਼ਨ ਤੋਂ ਬਾਅਦ ਕਿੱਦਾਂ ਹੈ ਹੁਣ? ਬਾਅਦ ਨੂੰ ਕੋਈ ਪ੍ਰੋਬਲਮ ਨਹੀਂ ਆਈ। ਹੁਣ ਤਾਂ ਨਹੀਂ, ਪਹਿਲਾਂ ਵਾਂਗੂ ਘਰਾਲੇ ਹੋਇਆ ਵਾ ਤੇ? ਕੁਛ ਨਹੀਂ। ਤੇ ਨੀਂਦ ਆ ਜਾਂਦੀ ਰਾਤ ਨੂੰ ਵਧੀਆ? ਹਾਂਜੀ। ਬੈਠੇ ਬੈਠੇ ਨੀਂਦ ਤਾਂ ਨਹੀਂ ਆਉਂਦੀ? ਨਹੀਂ ਜੀ, ਹੁਣ ਨਹੀਂ ਆਉਂਦੀ। ਓਕੇ, ਤੇ ਬਾਕੀ ਡਾਈਟ ਵਗੈਰਾ ਠੀਕ ਲੈ ਰਹੇ ਹੋ? ਹਾਂਜੀ। ਕਿੰਨੀ ਰੋਟੀ ਲੈ ਲੈਂਦੇ ਹੋ ਟਾਈਮ 'ਚ? ਰੋਟੀ ਮੈਡਮ ਟਾਈਮ 'ਚ ਤਾਂ ਰੋਟੀਆਂ ਨਹੀਂ। ਇੱਕ ਟਾਈਮ 'ਚ 3 ਰੋਟੀ ਖਾ ਲੈਂਦੇ ਹੋ, ਕੋਈ ਦਿੱਕਤ ਤਾਂ ਨਹੀਂ ਆਉਂਦੀ? ਨਹੀਂ, ਕੋਈ ਦਿੱਕਤ ਨਹੀਂ। ਠੀਕ ਹੈ, ਡਾਈਟ 'ਚ ਥੋੜ੍ਹੀ ਜਿਹੀ ਆਪਣੀ ਹੈਲਦੀ ਹੋ ਰੱਖਣੀ ਆ। ਠੀਕ ਹੈ। ਜਿਵੇਂ ਦੁੱਧ ਹੋ ਗਿਆ, ਦਹੀਂ, ਲੱਸੀ, ਕੱਚਾ ਪਨੀਰ, ਇਹ ਸਭ ਜ਼ਿਆਦਾ ਲੈਣਾ। ਠੀਕ ਹੈ। ਬਾਕੀ ਫਰੂਟਸ ਵਗੈਰਾ, ਵੈਜੀਟੇਬਲਸ ਇਹ ਵੀ ਲੈਂਦੇ ਰਹੋ। ਠੀਕ ਹੈ। ਔਰ ਅੰਡਾ ਮੀਟ ਖਾ ਲੈਂਦੇ ਹੋ? ਹਾਂਜੀ। ਫਿਰ ਨਾਨ ਵੈਜ ਵੀ ਭਾਵੇਂ ਡੇਲੀ ਵਾਂਗ ਹੀ ਲਓ। ਠੀਕ ਹੈ। ਔਰ ਤੁਹਾਡਾ ਵੇਟ ਹਲੇ ਵੀ ਰਿਡਿਊਸ ਹੋ ਰਿਹਾ ਨਾ, ਇਸ ਲਈ ਆਪਾਂ ਵੀਕਨੈਸ ਨਹੀਂ ਆਉਂਦੇ ਨਹੀਂ ਬਾਡੀ ਦੇ ਵਿੱਚ। ਠੀਕ ਹੈ। ਖੁਰਾਕ ਆਪਣੀ ਵਧੀਆ ਹੀ ਰੱਖਣੀ ਆ। ਔਰ ਮਲਟੀਵਿਟਾਮਿਨ ਖਾ ਰਹੇ ਹੋ ਤੁਸੀਂ ਆਪਣੇ? ਹਾਂਜੀ। ਜੋ ਵੀ ਰੈਗੂਲਰ ਰੱਖਣੇ ਆ, ਤੇ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਆਪਣੇ ਬਲੱਡ ਦੇ ਟੈਸਟ ਰੁਕ ਕਰਵਾਉਣੇ ਆ। ਠੀਕ ਹੈ। ਤਾਂ ਕਿ ਅਗਰ ਸਰੀਰ ਕੋਈ ਕਮੀ ਆ ਰਹੀ ਹੋਵੇ ਆਪਾਂ ਨੂੰ ਰੂਲ ਆਊਟ ਕਰ ਲਈਏ। ਠੀਕ ਹੈ। ਠੀਕ ਹੈ ਜੀ, ਥੈਂਕ ਯੂ।